रेडियो मिर्ची 13.10 ते रेडियो पंजाब सुन रहे सारे सारे ही सत्कार श्रोतियां दा मैं संदीप एक बार फिर जी बहुत ही निघा स्वागत करदी हां तुहाडे अपने शो गुड मॉर्निंग पंजाबी ओ जी। और इस वक्त तुसी सानू सुन रहे हो रेडियो मिर्ची 1310 बे एरिया फ्रॉम 92.9 रेडियो पंजाब एम 620 एम 1210 फ्रेस्नो और बेकरसफील्ड जी एम 660 ते एफ 102.5 और सिएटल जी 1560 एम ते तुसी साडे नाल जुड़े हो। इस तो इलावा ऐप डाउनलोड करके ते कॉल टू लिसन नंबर द्वारा भी तुसी सांझ पाई हुई है। सो बहुत स्वागत करदी हां तुहाडा और इस दे नाल असीं अज स्वागत करांगे अपने खास मेहमान दा भी। अज असीं इस प्रोग्राम दे विच सद्दा दित्ता है साडे नाल जुड़ चुके ने सतिकारयोग डॉक्टर जगजीत सिंह धूरी जी जो कि पंजाब तो ने और पंजाब दे समूह स्कूलां ते कॉलेज दी फेडरेशन दे प्रधान भी हन। और मोदियां तंदां पुस्तक लास्ट ईयर काफ़ी चर्चा दे विच भी रही है और उन्होंने वालों लिखिया पाठ पुस्तक अंदोलन भी काफ़ी चर्चा दे विच है सोशल मीडिया के उत्ते वक् वक् चैनल्स के उत्ते और गुणतास नाथ हेठ पंजाबी पुस्तकां भी इन्होंने जारी कीतियां ने। ते अज जिस विषय के उत्ते असीं गलबात इन्हां दे नाल करनी है वह भी एजुकेशन के संबंध में ही है, खास तौर पर पंजाब के स्कूलों कॉलेजों के मौजूदा हालात और उन्हां दे भविख की ने इस बारे आपां गल करांगे। सब तो पहला तो डॉक्टर जगजीत सिंह जी जी आया नूं स्वागत जी, सत श्री अकाल। विद्यार्थी ने उन्हां दी गिणती लगातार घटदी जा रही है और विदेश जाण दी जिहड़ी ख्वाहिश है ओह वधदी जा रही है, उहदे करके कॉलेज जिहड़े ने लगभग खाली हो गए ने, की इह सच है? बिल्कुल जी, यह मेरा सच है क्योंकि पंजाब दे विच लगभग जे स्थिति वाइज गल करिए 30% तो ज्यादा कॉलेज तो बंद ही हो चुके ने जी, जिन्हां दे विचों ज्यादा गिणती जिहड़ी पॉलिटेक्निक तो शुरू होके इंजीनियरिंग कॉलेज इस तरह हौली हौली यह डिग्री कॉलेजां तक वध चुकी है। हाँ जी, जे आपां स्ट्रेंथ दे हिसाब नाल गल करिए जिन्नी पहलां स्ट्रेंथ हुंदी सी उस दे हिसाब नाल आपां गिणती दे हिसाब नाल कह सकदे आ 70% ਜਿਹੜੇ ਕਾਲਜ ਨੇ ਜਿਹੜੇ ਉਹਨਾਂ ਤੇ ਪ੍ਰਭਾਵ ਪਿਆ। ਸੋ ਬਹੁਤ ਜ਼ਿਆਦਾ ਗਿਣਤੀ ਘਟੀ ਆ ਤੇ ਉੱਚ ਸਿੱਖਿਆ ਦਾ ਰੁਝਾਨ ਤਾਂ ਬਿਲਕੁਲ ਹੀ ਖਤਮ ਵਾਂਗੂ ਹੀ ਪੰਜਾਬ ਦੇ ਵਿੱਚ ਹੈ ਜੀ। ਇਹਦਾ ਕਿਉਂ ਹੋ ਰਿਹਾ, ਕੀ ਲੱਗਦਾ ਤੁਹਾਨੂੰ ਉਹਦੇ ਪਿੱਛੇ ਕੀ ਕਾਰਨ ਨੇ ਕਿ ਵਿਦੇਸ਼ ਜਾਣ ਦੀ ਇੱਕ ਵੱਧਦੀ ਚਾਹਨਾ ਹੈ ਜਾਂ ਬੇਰੁਜ਼ਗਾਰੀ ਹੈ ਜਾਂ ਹੋਰ ਕੋਈ ਇਹਦੇ ਪਿੱਛੇ ਰੀਜ਼ਨ ਹੋ ਸਕਦਾ? ਦੇਖੋ ਜਿਹੜੀਆਂ ਇਹ ਸਮੱਸਿਆਵਾਂ ਹੁੰਦੀਆਂ ਨੇ ਇਹਦਾ ਕੋਈ ਆਪਾਂ ਇੱਕਦਮ ਨਾ ਇੱਕ ਲਾਈਨ ਦੇ ਵਿੱਚ ਉੱਤਰ ਦੇਣਾ ਠੀਕ ਨਹੀਂ ਹੋਊਗਾ ਵੀ ਇਹ ਇਕੱਲੇ ਵਿਦੇਸ਼ਾਂ ਦੇ ਰੁਝਾਨ ਕਰਕੇ ਹੋਇਆ। ਇਹਦੇ ਵਿੱਚ ਬਹੁਤ ਸਾਰੇ ਮਿਲਵੇਂ ਜੁਲਵੇਂ ਕਾਰਨ ਨੇ। ਪਹਿਲਾਂ ਤਾਂ ਇਹਦੇ ਵਿੱਚ ਇਹ ਰਿਹਾ ਵੀ ਪੰਜਾਬ ਦੇ ਵਿੱਚ ਬਹੁਤੇ ਕਾਲਜ ਹੋਂਦ ਵਿੱਚ ਆਏ ਸੀ ਜਦੋਂ ਕੇਂਦਰ ਵੱਲੋਂ ਦਲਿਤ ਵਿਦਿਆਰਥੀਆਂ ਵਾਸਤੇ ਫ੍ਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਚੱਲਿਆ ਸੀ, ਕਿਉਂਕਿ ਉਸ ਟਾਈਮ ਫਿਰ ਇੱਕਦਮ ਗਿਣਤੀ ਸੀ ਜਿਹੜੀ ਉਹ ਦਲਿਤ ਵਿਦਿਆਰਥੀਆਂ ਦੀ ਵੱਧ ਗਈ ਸੀ ਕਿਉਂਕਿ ਉਹਨਾਂ ਨੂੰ ਐਜੂਕੇਸ਼ਨ ਬਿਲਕੁਲ ਮੁਫ਼ਤ ਮਿਲਣ ਲੱਗ ਗਈ ਸੀ। ਫਿਰ ਉਸ ਤੋਂ ਬਾਅਦ ਕੀ ਹੋਇਆ, ਇਹ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀਗੀ ਇਹ 2017 ਤੋਂ ਲੈ ਕੇ 20 ਤੱਕ ਇਹ ਪ੍ਰੋਪਰ ਨਹੀਂ ਮਿਲੀ ਵਿਦਿਆਰਥੀਆਂ ਨੂੰ, ਜਿਸ ਕਰਕੇ ਇਹ ਜਿਹੜੀ ਗਿਣਤੀ ਇਹ ਮੁੜ ਕੇ ਫਿਰ ਬਹੁਤ ਘੱਟ ਗਈ। ਇੱਕ ਤਾਂ ਇਹ ਵੱਡਾ ਕਾਰਨ ਰਿਹਾ ਪੰਜਾਬ ਦੇ ਵਿੱਚ, ਇਹ ਤਾਂ ਉਹ ਵਿਦਿਆਰਥੀਆਂ ਦਾ ਰਿਹਾ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਸੀਗੇ। ਦੂਸਰਾ ਜਿਹੜਾ ਵੱਡਾ ਕਾਰਨ ਰਿਹਾ ਵੀ ਜਿਹੜੀ ਨੌਕਰੀਆਂ ਦੀ ਘਾਟ ਹੋਣ ਕਰਕੇ, ਜਾਂ ਮੈਂ ਇਹਨੂੰ ਘਾਟ ਨਾਲ ਹੋਰ ਵੱਖਰਾ ਸ਼ਬਦ ਵਰਤਣਾ ਚਾਹੂੰਗਾ ਵੀ ਆਪਣੇ ਲੋਕਾਂ ਦਾ ਸਿਰਫ ਨੌਕਰੀਆਂ ਪ੍ਰਤੀ ਰੁਝਾਨ ਹੋਣ ਕਰਕੇ, ਕਿਉਂਕਿ ਅਸੀਂ ਇਹ ਮੰਨ ਲਿਆ ਵੀ ਜਿਹੜੀ ਪੜ੍ਹਾਈ ਆ ਉਹ ਨੌਕਰੀ ਲੈਣ ਲਈ ਹੀ ਕੀਤੀ ਜਾਂਦੀ ਆ। ਸੋ ਇਸ ਲਈ ਜਦੋਂ ਸਾਨੂੰ ਫਿਰ ਨੌਕਰੀ ਨਹੀਂ ਮਿਲਦੀ ਤੇ ਅਸੀਂ ਵਿਦੇਸ਼ਾਂ ਦਾ ਰੁੱਖ ਕਰ ਲਿਆ। ਸੋ ਇਸ ਲਈ ਦੂਜਾ ਮੁੱਖ ਕਾਰਨ ਇਸ ਦੇ ਵਿੱਚ ਜਿਹੜਾ ਹੈਗਾ ਉਹ ਇਹ ਵੀ ਰਿਹਾ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਪਹਿਲਾਂ ਵਿਦਿਆਰਥੀ ਜਾਂਦੇ ਹੁੰਦੇ ਸੀਗੇ ਹਾਇਰ ਐਜੂਕੇਸ਼ਨ ਵਾਸਤੇ, ਹੁਣ 3+2 ਤੋਂ ਬਾਅਦ ਜਾਣ ਲੱਗ ਗਏ। ਬਿਲਕੁਲ, ਇਸ ਲਈ ਕਾਲਜਾਂ ਦੇ ਵਿੱਚ ਐਂਟਰੀ ਪੁਆਇੰਟ ਤੇ ਦਾਖਲੇ ਘੱਟ ਗਏ। ਪਹਿਲਾਂ ਜ਼ਿਆਦਾਤਰ ਅਗਰ ਜਾਂਦੇ ਸੀ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਜਾਂਦੇ ਸੀ ਜਾਂ ਬੱਚੇ ਨਰਸਿੰਗ ਕਰਕੇ ਜਾਂਦੇ ਸੀ, ਆਪਦਾ ਕੋਰਸ ਇੱਥੇ ਮੁਕੰਮਲ ਕਰਕੇ ਜਾਂਦੇ ਸੀਗੇ ਕਾਲਜ ਐਜੂਕੇਸ਼ਨ ਦਾ। ਲੇਕਿਨ ਪਿਛਲੇ 8-10 ਸਾਲਾਂ ਦਾ ਜਿਹੜਾ ਰੁਝਾਨ ਵਧਿਆ ਉਹ 3+2 ਤੋਂ ਬਾਅਦ 12ਵੀਂ ਤੋਂ ਬਾਅਦ ਹੀ ਵੱਧ ਗਿਆ, ਜਿਸ ਕਰਕੇ ਇਹਦਾ ਸਿੱਧਾ ਪ੍ਰਭਾਵ ਜਿਹੜਾ ਹੈਗਾ ਉਹ ਕਾਲਜ ਦੇ ਉੱਪਰ ਤੁਸੀਂ ਮਹਿਸੂਸ ਕਰ ਰਹੇ ਹੋ ਬਿਲਕੁਲ ਸਹੀ ਹੈ। ਤੇ ਕਾਲਜ ਨੇ ਜਿਹੜੇ ਬਹੁਤੇ 30% ਦੇ ਕਰੀਬ ਬੰਦ ਹੋ ਚੁੱਕੇ ਨੇ ਤੇ ਬਾਕੀ ਬੰਦ ਹੋਣ ਦੇ ਕਗਾਰ ਤੇ ਨੇ ਜੀ। ਬਿਲਕੁਲ, ਇਹ ਵਾਕਈ ਸੋਚਣ ਔਰ ਵਿਚਾਰਨ ਵਾਲਾ ਵਿਸ਼ਾ ਕਿ ਇੱਦਾਂ ਕਿਉਂ ਹੋ ਰਿਹਾ ਹੈ, ਇਹਦੇ ਪਿੱਛੇ ਕੀ ਕਾਰਨ, ਤੁਸੀਂ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਨੇ ਔਰ
ਜੇ ਅਸੀਂ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ, ਕਿਸ ਤਰ੍ਹਾਂ ਦਾ ਹੈ ਐਜੂਕੇਸ਼ਨ ਸਿਸਟਮ ਸਾਡੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਤੇ ਜੇ ਅਸੀਂ ਤੁਲਨਾਤਮਕ ਮਤਲਬ ਗੱਲ ਕਰੀਏ ਕਿ ਫੋਰਨ ਦੇ ਵਿੱਚ? ਜੀ ਜੀ, ਦੇਖੋ ਦੋ ਗੱਲਾਂ ਨੇ ਇਸ ਦੇ ਵਿੱਚ, ਇੱਕ ਹੈਗੀ ਸਕੂਲ ਐਜੂਕੇਸ਼ਨ, ਇੱਕ ਹੈ ਕਾਲਜ ਐਜੂਕੇਸ਼ਨ। ਹਾਂਜੀ, ਨੋ ਡਾਊਟ ਜਿਹੜੀ ਸਾਡੀ ਪ੍ਰਾਇਮਰੀ ਐਜੂਕੇਸ਼ਨ ਹੈ, ਸਕੂਲ ਐਜੂਕੇਸ਼ਨ ਹੈ, ਉਹ ਸਾਡੀ ਇੰਡੀਆ ਦੀ ਬਹੁਤ ਸਟਰੋਂਗ ਹੈ। ਅਗਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਸ਼ੁਰੂ ਤੋਂ ਹੀ ਜਿਹੜੀ ਸਿੱਖਿਆ ਦੇ ਵਿੱਚ ਸਟੈਂਡਰਡ ਦੀਆਂ ਆਰਗੇਨਾਈਜੇਸ਼ਨ, ਇੰਸਟੀਟਿਊਸ਼ਨ, ਸਕੂਲ ਮਿਆਰੀ ਸਿੱਖਿਆ ਦੇ ਰਹੇ ਨੇ। ਜਦਕਿ ਇਹਦੇ ਮੁਕਾਬਲੇ ਵਿੱਚ ਅਸੀਂ ਵਿਦੇਸ਼ਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਉੱਥੇ ਜਿਹੜੀ ਸਕੂਲ ਐਜੂਕੇਸ਼ਨ ਨੂੰ ਥੋੜਾ ਜਿਹਾ ਕਮਜ਼ੋਰ ਮੰਨਿਆ ਜਾਂਦਾ, ਕਿਉਂਕਿ ਸ਼ਾਇਦ ਉਹਨਾਂ ਦੀ ਫਿਲਾਸਫੀ ਇਹ ਰਹੀ ਹੈ ਵੀ ਛੋਟੇ ਬੱਚਿਆਂ ਦੇ ਉੱਤੇ ਜ਼ਿਆਦਾ ਵਜਨ ਪਾ ਕੇ ਰਾਜ਼ੀ ਨਹੀਂ ਹਨ। ਇਸ ਲਈ ਜਦੋਂ ਬੱਚੇ ਸਟੱਡੀ ਕਰਦੇ ਨੇ ਤਾਂ ਉਹ ਬੜਾ ਹਲਕਾ ਮਹਿਸੂਸ ਕਰਦੇ ਨੇ ਤੇ ਉੱਥੋਂ ਦੀ ਪੜ੍ਹਾਈ ਨੂੰ ਕੋਈ ਖਾਸ ਜਿਹੜਾ ਹੈਗਾ ਔਖਾ ਨਹੀਂ ਮੰਨਦੇ। ਸੋ ਅਗਰ ਅਸੀਂ ਦੋਨਾਂ ਕਾਲਜ, ਦੋਨਾਂ ਐਜੂਕੇਸ਼ਨ ਦੀ ਗੱਲ ਕਰੀਏ, ਸਕੂਲ ਐਜੂਕੇਸ਼ਨ ਤੇ ਕਾਲਜ ਐਜੂਕੇਸ਼ਨ ਦੀ, ਤੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਐਜੂਕੇਸ਼ਨ ਇੰਸਟੀਟਿਊਸ਼ਨ ਰਹੀਆਂ ਨੇ ਪ੍ਰਾਈਵੇਟ ਜਾਂ ਸਰਕਾਰੀ, ਉਹ ਸਾਰੀਆਂ ਹੀ ਵਧੀਆ ਰਹੀਆਂ ਨੇ, ਮਿਆਰੀ ਰਹੀਆਂ ਨੇ, ਤੇ ਇੱਥੇ ਵਧੀਆ ਐਜੂਕੇਸ਼ਨ ਦਾ ਰੁਝਾਨ ਰਿਹਾ। ਜੇ ਅਗਰ ਆਪਾਂ ਭਾਰਤ ਦੇ ਹੋਰ ਸੂਬਿਆਂ ਦੇ ਕੰਪੈਰੇਟਿਵਲ ਗੱਲ ਕਰੀਏ ਤਾਂ ਇੱਥੇ ਐਜੂਕੇਸ਼ਨ ਸਿਸਟਮ ਅੱਛਾ ਰਿਹਾ ਹੈ, ਪਰੰਤੂ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇੱਥੇ 70% ਤੋਂ ਵਧੇਰੇ ਲੋਕ ਨੇ ਜਿਹੜੇ ਖੇਤੀਬਾੜੀ ਤੇ ਨਿਰਭਰ ਨੇ, ਤੇ ਖੇਤੀ ਨੂੰ ਇੱਥੇ ਆਪਣੇ ਤੁਹਾਨੂੰ ਪਤਾ ਹੀ ਹੈ ਕਿ ਐਗਰੀਕਲਚਰ ਕਿਹਾ ਜਾਂਦਾ, ਜਦਕਿ ਬਾਕੀ ਦੇਸ਼ਾਂ 'ਚ ਇਹਨੂੰ ਐਗਰੀ ਬਿਜ਼ਨਸ ਕਿਹਾ ਜਾਂਦਾ। ਇਹ ਅਸੀਂ ਮੰਨਦੇ ਹਾਂ ਵੀ ਇਹ ਸਾਡਾ ਕਲਚਰ ਹੈ, ਬਚੇ ਬਚਾਵੇ 'ਚ ਕੁਛ ਹੈ ਨਾ ਚਾਹੇ, ਲੇਕਿਨ ਇਹ ਸਾਡਾ ਸੱਭਿਆਚਾਰ ਆ, ਬਸ ਇਹਨੂੰ ਕਰਨਾ ਜ਼ਰੂਰੀ ਹੈ। ਸੋ ਇਸ ਲਈ ਜਿਹੜੀ ਖੇਤੀ ਹੈ ਇਹ ਆਮਦਨ ਦਾ ਜ਼ਰੀਆ ਘੱਟ ਗਿਆ, ਲੋਕਾਂ ਦੇ ਖਰਚੇ ਵੱਧ ਗਏ, ਤੇ ਇਸ ਲਈ ਜਿਹੜੇ ਜ਼ਿਆਦਾਤਰ ਪਰਿਵਾਰ ਨੇ ਉਹਨਾਂ ਦਾ ਰੋਖਾ ਜਿਹੜਾ ਉਹ ਵਿਦੇਸ਼ਾਂ ਵੱਲ ਨੂੰ ਜ਼ਿਆਦਾ ਹੋ ਗਿਆ। ਸੋ ਇਸ ਲਈ ਜਿੱਥੇ ਮੈਂ ਗੱਲ ਕਰ ਰਿਹਾ ਸੀ ਕਾਲਜਾਂ ਦੇ ਵਿੱਚ ਸਟਰੈਂਥ ਘਟੀ ਹੈ, ਉਸ ਦੇ ਨਾਲ ਮੈਂ ਜ਼ਿਕਰ ਕਰਨਾ ਚਾਹੂੰਗਾ ਕਿਉਂਕਿ ਮੈਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਵੀ ਰੀਪ੍ਰਜੈਂਟ ਕਰ ਰਿਹਾ, ਉੱਥੇ ਪੰਜਾਬ ਦੇ ਵਿੱਚ ਜਿਹੜੇ ਇਸ ਟਾਈਮ ਸਕੂਲਾਂ ਦੇ ਵਿੱਚ ਗਿਣਤੀ ਜਿਹੜੀ ਹੈਗੀ ਆ ਉਹ ਕਿੱਥੇ ਘਟਣੀ ਸ਼ੁਰੂ ਹੋਈ ਹੈ, ਨਰਸਰੀ, ਪ੍ਰੀ ਨਰਸਰੀ, ਇਹ ਕਲਾਸਾਂ ਦੇ ਵਿੱਚ ਘਟਣੀ ਸ਼ੁਰੂ ਹੋਈ ਹੈ। ਕਿਉਂਕਿ ਉਹਦਾ ਰੀਜ਼ਨ ਇਹ ਹੈ ਵੀ ਜਿਹੜੇ ਪਿਛਲੇ 10-15 ਸਾਲ ਤੋਂ ਬੱਚੇ ਬਾਹਰ ਜਾ ਰਹੇ ਨੇ, ਉਹ ਬੱਚਿਆਂ ਨੇ ਦੇਖੋ ਉੱਥੇ ਹੀ ਮੈਰਿਜ ਕਰਵਾਉਣੀਆਂ ਨੇ, ਉੱਥੇ ਰਹਿਣਾ, ਤੇ ਕੁਦਰਤੀ ਗੱਲ ਆ ਬੱਚਿਆਂ ਨੇ ਵੀ ਉੱਥੇ ਜਨਮ ਲੈਣਾ। ਇਸ ਲਈ ਇਹ ਪ੍ਰਭਾਵ ਸਕੂਲਾਂ ਦੇ ਵਿੱਚ ਵੀ ਪ੍ਰੀ ਨਰਸਰੀ, ਨਰਸਰੀ ਕਲਾਸਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਜਦਕਿ ਕਾਲਜਾਂ ਦੇ ਵਿੱਚ ਇਹ ਪ੍ਰਭਾਵ ਆ ਜਿਹੜਾ ਉਹ ਬਿਲਕੁਲ ਸਪਸ਼ਟ ਤੌਰ ਤੇ ਹੋ ਚੁੱਕਿਆ। ਸੋ ਇਸ ਲਈ ਆਪਾਂ ਅਗਰ ਗੱਲ ਕਰਦੇ ਹਾਂ, ਐਜੂਕੇਸ਼ਨ ਸਿਸਟਮ ਸਾਡਾ ਕਮਜ਼ੋਰ ਨਹੀਂ ਸੀ, ਪਰੰਤੂ ਸਰਕਾਰਾਂ ਦੀਆਂ ਕਮੀਆਂ ਕਾਰਨ ਤੇ ਰੁਜ਼ਗਾਰ ਪ੍ਰੋਪਰ ਨਾ ਹੋਣ ਕਾਰਨ ਇਹ ਗੱਲ ਦਾ ਜਿਹੜਾ ਰੁਝਾਨ ਵਧਿਆ। ਇਸ ਲਈ ਐਜੂਕੇਸ਼ਨ ਸਿਸਟਮ ਪੱਖੋਂ ਸਾਡਾ ਪੰਜਾਬ ਰਾਜ, ਪੰਜਾਬ ਸੂਬਾ, ਉਹ ਅੱਜ ਵੀ ਠੀਕ ਹੈ ਤੇ ਪਹਿਲਾਂ ਵੀ ਠੀਕ ਸੀਗਾ। ਇਸ ਦੇ ਮੁਕਾਬਲੇ ਜਿਹੜੇ ਵਿਦੇਸ਼ਾਂ ਦੇ ਵਿੱਚ ਐਜੂਕੇਸ਼ਨ ਹੈਗੀ ਹੈ ਉਹ ਬਹੁਤ, ਉਹ ਜ਼ਿਆਦਾ ਕਿੱਤਾ ਮੁਖੀ ਹੈ, ਸਕਿੱਲਡ ਹੈ। ਜਦੋਂ ਬੱਚੇ ਇੱਥੇ ਜਾਂਦੇ ਨੇ ਉਹ ਜਾਂਦੇ ਹੀ ਉਹਨਾਂ ਨੂੰ ਭਾਵੇਂ ਥਿਓਰੈਟੀਕਲ ਪੜ੍ਹਾਈ ਬਹੁਤ ਘੱਟ ਕਰਵਾਈ ਜਾਂਦੀ ਹੈ, ਪਰੰਤੂ ਜਿੰਨਾ ਵੀ ਉਹ ਕਰਦੇ ਨੇ ਪ੍ਰੈਕਟੀਕਲ ਜ਼ਿਆਦਾ ਹੁੰਦਾ, ਤੇ ਉਹ ਜਲਦੀ ਹੀ ਥੋੜੇ ਹੀ ਸਮੇਂ ਦੇ ਵਿੱਚ ਜਿਸ ਸੰਬੰਧੀ ਕੋਰਸ ਹੁੰਦਾ ਉਹ ਜਿਹਾ ਕੰਮ ਕਰਨ ਲੱਗ ਜਾਂਦੇ ਨੇ। ਜਦਕਿ ਆਪਣੇ ਪੜ੍ਹਾਈ ਦੇ ਸਿਸਟਮ ਵਿੱਚ ਇਹ ਕਮਜ਼ੋਰੀ ਹੈ, ਇੱਕ ਬੱਚਾ ਅਗਰ ਇੰਜੀਨੀਅਰਿੰਗ ਵੀ ਕਰਦਾ ਹੈ ਜਾਂ ਕੁਛ ਵੀ ਕਰਦਾ, ਉਸ ਨੂੰ ਥਿਓਰੈਟੀਕਲੀ ਬੜਾ ਸਟਰੋਂਗ ਹੈ, ਲੇਕਿਨ ਉਹ ਪ੍ਰੈਕਟੀਕਲ ਨਾਲ ਉਸਦਾ ਕੋਈ ਵਾਸਤਾ ਨਹੀਂ ਹੈਗਾ। ਇਸ ਲਈ ਬੇਰੁਜ਼ਗਾਰੀ ਦੋ ਕਾਰਨਾਂ ਕਰਕੇ ਹੈ, ਇੱਕ ਤਾਂ ਨੌਕਰੀਆਂ ਨੇ ਉਹਦੀ ਘਾਟ ਕਰਨ, ਦੂਸਰਾ ਸਾਡੀ ਸੋਚ ਹੈ ਜਿਹੜੀ ਨੌਕਰੀ ਤੱਕ ਸੀਮਿਤ ਹੋਣ ਕਾਰਨ, ਤੀਸਰਾ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰਾਂ, ਪੰਜਾਬ ਦੇ ਵਿੱਚ ਇਸ ਨੂੰ ਬੈਲੈਂਸ ਰੱਖਣ ਵਾਸਤੇ ਇੱਥੇ ਬਹੁਤ ਸਾਰੀ ਇੰਡਸਟਰੀ ਲੱਗਣੀ ਜ਼ਰੂਰੀ ਸੀ ਜੋ ਇੱਥੇ ਨਹੀਂ ਲੱਗੀ। ਇਸ ਲਈ ਜਿਹੜਾ ਹੈਗਾ ਇਹ ਰੁਝਾਨ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਵਧਿਆ, ਉਹ ਇਸੇ ਕਾਰਨ ਵਧਿਆ ਵੀ ਇੱਥੇ ਜਿਹੜੀ ਇੰਡਸਟਰੀ ਨਾ ਹੋਣ ਕਰਕੇ, ਰੁਜ਼ਗਾਰ ਦੀ ਘਾਟ ਹੋਣ ਕਰਕੇ, ਖੇਤੀ ਦੇ ਵਿੱਚੋਂ ਬੱਚਤ ਨਾ ਹੋਣ ਕਰਕੇ ਲੋਕ ਜ਼ਿਆਦਾ ਵਿਦੇਸ਼ਾਂ ਦਾ ਰੁਝਾਨ ਕੀਤਾ ਜੀ। ਡਾਕਟਰ ਜੀ ਜੀ, ਤੁਸੀਂ ਬਹੁਤ ਵਧੀਆ ਖੈਰ ਇਸ ਨੂੰ ਬਿਆਨ ਕੀਤਾ, ਪਰ ਜੇ ਮੈਂ ਗੱਲ ਕਰਾਂ ਕਿ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬਿਲਕੁਲ ਬਿਨਾਂ ਸ਼ੱਕ ਬਹੁਤ ਸਾਰੇ ਸਾਡੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਨੇ, ਨੌਜਵਾਨ ਨੇ, ਉਹ ਵਿਦੇਸ਼ਾਂ ਦੇ ਵੱਲ ਰੁੱਖ ਕਰ ਰਹੇ ਨੇ, ਔਰ ਉਹਦੇ ਪਿੱਛੇ ਕਾਰਨ ਇਹ ਕਿ ਇੱਥੇ ਇੱਕ, ਚਲੋ ਇੱਕ ਵਧੀਆ ਰੁਜ਼ਗਾਰ ਮਿਲ ਜਾਂਦਾ ਹੈ, ਕੰਮ ਕਾਰ ਮਿਲ ਜਾਂਦਾ ਹੈ, ਜ਼ਿੰਦਗੀ ਬੜੀ ਬਿਹਤਰ ਹੋ ਜਾਂਦੀ ਹੈ, ਵਧੀਆ ਹੋ ਜਾਂਦੀ ਹੈ। ਕੀ ਇਹ ਚੀਜ਼ਾਂ ਪੰਜਾਬ ਦੇ ਵਿੱਚ
नहीं हो सकदियां कि पढ़ाई ही उदां दी होवे, एक स्किल्ड जॉब्स जिहड़ियां ने ओह पैदा कीतियां जाण जां उस तरह दी सिखलाई दित्ती जावे प्रैक्टिकल, जिहदे नाल ओह वधिया अपना रुजगार जिहड़ा तोड़ सकण। क्योंकि ज्यादातर साडे तां इही हुंदा कि वी इंजीनियर बण गए, डॉक्टर बण गए, इह वधिया मतलब असीं गिणदे आं। पर जिहड़े इक ओह काम जिहनां नूं विदेशां दे विच बहुत वधिया मन्निया जांदा, जिहनां नूं स्किल्ड जॉब आपां कहिंदे आं, जिवें पलंबरिंग दा काम हो गया जां होर सारे इदां दे काम ने, कसूरवार दो तरह ज्यादा ने, मापे भी ने, असीं जिहड़े लोग संस्थावां चला रहे हां असीं भी इहदे दोषी हां। उहदा कारण इह आ वी बच्चे नूं जदों छोटा जिहा बच्चा हुंदा दो तीन साल दा, उहनां दे मापे कहना शुरू कर दिंदा कि वड्डा होके डाक्टर बनूगा, इंजीनियर बनूंगा या वकील बनूंगा, सानू चार प्रोफेशन का पता जी, ते असी ओही दिमाग दे विच बच्चे दे भर दिंदे आ, ते असी कामयाब भी उसे बच्चे नूं मन्नदे आ। जिहड़ा कोई बच्चा इहो जी प्राप्ति कर लवे, कोई नीट क्लीयर करके डॉक्टर बन जाए जां कोई आईएएस बन जाए जां कोई, क्योंकि इत्थे पावर गेम चलती रही है, शुरू तो ताकत हासिल करन दी गेम चलती रही है। इसलिए जदों जिहड़े बच्चे इह समझदे ने कि असी इह चार प्रोफेशन दे विच नहीं सफल हो सके, उन्हां नूं लगदा भी असीं तां बेकार हैगे आ, ते फिर उह सारे हथियार सुट के सीधा जहाज चढ़न की तैयारी करते हैं। परंतु असीं स्कूल जिहड़े रन करदे आ मैनेजमेंट्स जां पेरेंट्स ने, असीं आपदे एनुअल फंक्शन के उत्ते होर थावां दे उत्ते किहड़े बच्चियां दे फोटो लाउणे आ, उह इहो जिहे नहीं लाउणे आ जिहड़े कोई डॉक्टर इंजीनियर जां कोई आईएएस पीसीएस इस तरह दा क्लीयर करदे ने, असीं उहनां दे मापिआं नूं सन्मानित करदे आ। पर अज तक असीं किसी भी इहो जिहे बच्चे नूं सन्मानित नहीं किया जिहड़े ने इत्थे सवै रुजगार स्टार्ट किया, जिन्हें कोई छोटी मोटी फैक्ट्री लगाई, उन्हें आप भी रुजगार लिया, उन्हें 10-20 लोगों को होर रुजगार दिता, उन्हें असीं एप्रीशिएट नहीं किया, शाबाश नहीं की। अगर किसी ने छोटा मोटा कोई अपनी वर्कशॉप खोल ली, उसनों भी असीं मोटीवेट नहीं किया, एप्रीशिएट नहीं किया। सो असीं गुरु नानक की इस भूमि के उत्ते जिथे किरत की बड़ी महत्ता, असीं उत्थे किरत नूं सत्कार नहीं दिता है। सो जिहड़े लोग इत्थे सवै रुजगार करदे ने, आप भी रुजगार लैंदे ने, दूजे नूं भी रुजगार पैदा करदे, उन्हां कोई इज्जत नहीं दित्ती असीं। इस करके जिहड़े बच्चे ने उह उस प्रोफेशन वल जाणा नहीं चाहुंदे। ते दूजी गल, असीं इत्थे इक इह गल मन ली है वी अगर असीं इत्थे कोई हत्थी किरत करदे हां तां सानूं शर्म महसूस हुंदी है, तां असीं इक फोकी शोहरत दे चक्कर दे विच बच्चे ने जिहड़े उह इत्थे कम नहीं करना चाहुंदे। लेकिन जदों ही उह विदेश दी धरती ते पैर धरदे ने, उत्थे क्योंकि सारे लोग ही किरत करते हैं, इसलिए वह शर्म जी हैगी है वह महसूस नहीं करते, उत्थे वह किसी भी किस्म का कोई भी काम करते हैं। परंतु एक मैं संदीप जी इसका वखरा पक्ष दसना चाहना, इत्थे भी स्किल की बड़ी महत्ता, पर फर्क की है, अज सानू घर पलंबर इत्थे भी नहीं मिलता, बड़े मिन्नत करके लब के लियाने पैंदे ने, टाइम भी उन्हों का मर्जी का हुंदा और पेमेंट भी उन्होंने मर्जी की होंगी है, लेकिन वह बंदे क्वालीफाइड नहीं है, वह कम सीखे हुए ने, बिल्कुल जिहड़े उरे क्वालीफाइड ने पलंबिंग का किया हुआ उन्होंने प्रैक्टिकल का कुछ भी नहीं आता, क्योंकि उन्होंने कागज कट्ठे किए हुए, सर्टिफिकेट कट्ठे किए हुए। सो इसे तरह अगर कोई तुम कार रिपेयर करवाने मकैनिक है, उत्थे भी लोग लाइना चला के ही करवाते हैं, परंतु ओ कोई सर्टिफिकेट नहीं है, उन्हें कोई ट्रेनिंग नहीं ली, उन्हें वैसे सदे काम सीख्या हो। सो साडे प्रॉब्लम की है, जेड़े तो पढ़े लिखे ने उन्हां कोल सिर्फ कागज सर्टिफिकेट ने, उन्होंने आउंदा कुछ भी नहीं, जेड़े लोग काम सीखे हुए ने वह पढ़े लिखे नहीं है। सो इसलिए इत्थे जिहड़ी बहुत वैल्यू है, इत्थे भी इलैक्ट्रीशियन इत्थे भी नहीं मिलता, पलंबर इत्थे भी नहीं मिलता, वधिया ड्राइवर इत्थे भी नहीं मिलता। सो यह जी नहीं गल हैगी इतने बेरोजगारी है, असं उरे प्रचार ही यह जहा करता भी लोग किरत करने वाले कामों को इतने चंगा नहीं समझते। हाँ जी, सो उही काम उत्थे बाहर जाके बड़े शौक ना करते हैं। और तुसी तो डॉक्टर साहब स्कूल कॉलेजेस दे विच जिदा जाते रहने हो, बच्चों मिलते भी रहने हो, एनुअल फंक्शन जेडे ने होंगे रहते ने, कि बच्चों अक्सर तुम प्रमोट करते होंगे? देखो नो डाउट असी भी उही गलतियां कीतियां ने जिन्हां दा मैं जिक्र कीता, भी असी भी कुछ खास प्रोफेशनज नूं ही प्रमोट कीता, उन्हां नूं ही एप्रीशिएट कीता, उहदे लई बच्चिआं नूं मोटीवेट कीता जी। लेकिन हुण असी
पूरे पंजाब दे स्कूल इक मंच दे इकट्ठे होए आ असीं सोचिया विचारिया भी इहदा बैलेंस संतुलन किवें रखिया जा सकदा क्योंकि सोसाइटी नूं तां हर इक बंदे दी लोड़ है। अगर असीं प्रोफेशन गिणन दी गल करिए तां 5000 प्रोफेशन नहीं घट्टो घट्ट 2-3 हज़ार तरह के प्रोफेशन ने जी। हुण तुसीं भी इक प्रोफेशन दे विचों इस टाइम मैं भी एक प्रोफेशन दे विच आ मैं कदे छोटे होंदे ने सुपना नहीं लिया सी मैं वड्डा होकर संस्था वां चलाऊंगा। सो इसलिए असीं बच्चों नूं सुपने ही उही दिखाए ने जिहड़े लिमिटेड जे जिहड़े पुराने प्रचलित सी जिन्हां दा किसे जमाने विच बोलबाला सी परंतु हुण समय दे हिसाब दे नाल इह जागरूकता आई है मापिआं दे विच भी आ रही है हौली हौली इह विद्यार्थियों दे विच भी आ रही है संस्थावां दे विच भी आ रही है। लेकिन हुण आपां अगर गल करदे हां भी विद्यार्थी ने जिहड़े ਉਹਨਾਂ ਨੂੰ ਜੋ ਕੁਛ ਦਿਖਾਇਆ ਜਾਂਦਾ ਜੋ ਸੁਪਨੇ ਉਹਨਾਂ ਨੂੰ ਦਿਖਾਏ ਜਾਂਦੇ ਨੇ ਮਾਪਿਆਂ ਵੱਲੋਂ ਅਧਿਆਪਕਾਂ ਵੱਲੋਂ ਕੁਦਰਤੀ ਗੱਲ ਆ ਬੱਚੇ ਉਹਨਾਂ ਵੱਲ ਆਕਰਸ਼ਿਤ ਹੁੰਦੇ ਨੇ। ਹਾਂਜੀ ਇਹ ਇੱਕ ਗੱਲ ਕੁਦਰਤ ਦਾ ਨਿਯਮ ਹੈ ਜੇਕਰ ਵਿਦਿਆਰਥੀ ਜਾਂ ਬੱਚੇ ਦੇ ਮਾਪੇ ਜਿਹੜੇ ਪ੍ਰੋਫੈਸ਼ਨ ਦੇ ਵਿੱਚ ਹੈਗੇ ਨੇ ਹਾਂਜੀ ਅਗਰ ਉਹ ਘਰਾਂ ਦੇ ਵਿੱਚ ਗੱਲਾਂ ਸੁਣਦੇ ਨੇ ਵੀ ਇਹ ਸਾਡਾ ਕਿੱਤਾ ਵਧੀਆ ਨਹੀਂ ਹੈਗਾ ਜਾਂ ਕੁਛ ਵੀ ਹੈਗਾ ਤਾਂ ਇਹੀ ਇੱਕ ਕਾਰਨ ਹੈਗਾ ਫਿਰ ਉਹ ਪੇਰੈਂਟਸ ਇਹੋ ਜਿਹੀਆਂ ਗੱਲਾਂ ਕਰਦੇ ਨੇ ਵੀ ਆਪਦੇ ਪ੍ਰੋਫੈਸ਼ਨ ਨੂੰ ਹੀ ਮਾੜਾ ਕਹਿੰਦੇ ਰਹਿਣ 24 ਘੰਟੇ ਤਾਂ ਬੱਚੇ ਦੇ ਦਿਮਾਗ ਚ ਗੱਲ ਵੱਸ ਜਾਂਦੀ ਹੈ ਵੀ ਮੈਂ ਆਪਦੇ ਮਾਤਾ ਪਿਤਾ ਦਾ ਪ੍ਰੋਫੈਸ਼ਨ ਨੂੰ ਅਡਾਪਟ ਕਰਨਾ ਚਾਹੇ ਉਹ ਖੇਤੀਬਾੜੀ ਹੈ ਚਾਹੇ ਉਹ ਕੁਝ ਵੀ ਦੁਕਾਨਦਾਰੀ ਹੈ ਚਾਹੇ ਕੋਈ ਹੋਰ ਪ੍ਰੋਫੈਸ਼ਨ ਆ ਕਿਉਂਕਿ ਸਾਡੇ ਵਿੱਚ ਇੱਕ ਇਹ ਗੱਲ ਸਮਾਜ ਉੱਤੇ ਹੈ ਵੀ ਅਸੀਂ ਜਿਹੜਾ ਵੀ ਕੰਮ ਕਰ ਰਹੇ ਹਾਂ ਅਸੀਂ ਉਹ ਕੰਮ ਕਰਦੇ ਵੀ ਰਹਿੰਦੇ ਹਾਂ ਸਾਰੀ ਜ਼ਿੰਦਗੀ ਤੇ ਉਹਦੇ ਬਾਰੇ ਨੈਗੇਟਿਵ ਵੀ ਬੋਲਦੇ ਰਹਿੰਦੇ ਇਸ ਲਈ ਹੁਣ ਬਹੁਤ ਵੱਡਾ ਵਿਸ਼ਾਲ ਖੇਤਰ ਹੋ ਗਿਆ ਸੋਚਣ ਵਾਸਤੇ। ਪੇਰੈਂਟਸ ਨੇ ਜਿਹੜੇ ਉਹ ਇਸ ਟਾਈਮ ਦੁਬਧਾ ਦੇ ਵਿੱਚ ਨੇ ਕਿ ਬੱਚਿਆਂ ਨੂੰ ਇੱਥੇ ਇੰਡੀਆ ਦੇ ਵਿੱਚ ਰੱਖੀਏ ਜਾਂ ਵਿਦੇਸ਼ਾਂ ਦੇ ਵਿੱਚ ਭੇਜੀਏ ਸੋ ਬਹੁਤ ਵੱਡੀ ਇੱਕ ਦੁਬਧਾ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਡਾਕਟਰ ਸਾਹਿਬ ਵੀ ਤੁਹਾਡੇ ਮੁਤਾਬਕ ਜਿਹੜਾ ਭਵਿੱਖ ਹੈ ਇੱਕ ਬਿਹਤਰ ਭਵਿੱਖ ਹੈ ਬੱਚਿਆਂ ਦਾ ਉਹ ਕਿੱਥੇ ਹੈ ਵਿਦੇਸ਼ਾਂ ਦੇ ਵਿੱਚ ਹੈ ਜਾਂ ਪੰਜਾਬ ਦੇ ਵਿੱਚ ਹੈ ਕਿੱਥੇ ਚੰਗਾ ਉਹਨਾਂ ਦੇ ਲਈ? ਜੀ ਦੇਖੋ ਸੰਦੀਪ ਜੀ ਮੈਂ ਆਪਣੀ ਵਾਰਤਾਲਾਪ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿਸੇ ਵੀ ਗੱਲ ਦਾ ਨਿਪਟਾਰਾ ਇੱਕ ਲਾਈਨ ਖਿੱਚ ਕੇ ਨਹੀਂ ਕੀਤਾ ਜਾ ਸਕਦਾ ਹੁੰਦਾ ਸੋ ਮੈਂ ਉਹ ਬੱਚਿਆਂ ਦੇ ਨਾਲ ਧੋਖਾ ਕਰੂੰਗਾ ਜਿਨ੍ਹਾਂ ਦਾ ਭਵਿੱਖ ਚੰਗਾ ਵਿਦੇਸ਼ਾਂ ਦੇ ਵਿੱਚ ਆ ਅਗਰ ਮੈਂ ਇਹ ਗੱਲ ਕਹੂੰਗਾ ਕਿ ਵਿਦੇਸ਼ ਨਹੀਂ ਜਾਣਾ ਚਾਹੀਦਾ। ਇੱਕ ਕੁਦਰਤ ਦਾ ਨਿਯਮ ਹੈਗਾ ਵੀ ਜਿਹੜੇ ਪੰਛੀ ਨੇ ਉਹ ਵੀ ਆਪਦੀ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਭੋਜਨ ਦੀ ਭਾਲ ਦੇ ਵਿੱਚ ਪ੍ਰਵਾਸ ਕਰਦੇ ਨੇ ਅਸੀਂ ਪੜ੍ਹਦੇ ਆਏ ਹਾਂ ਪ੍ਰਵਾਸੀ ਪੰਛੀ ਉਹ ਦੇਸ਼ੋ ਦੇਸ਼ ਚਲੇ ਜਾਂਦੇ ਨੇ ਭੋਜਨ ਦੀ ਭਾਲ ਦੇ ਵਿੱਚ ਆਉਂਦੇ ਨੇ ਉੱਥੇ ਆਪਣਾ ਚੋਗਾ ਚੁਗਦੇ ਨੇ ਆਪਦੀਆਂ ਲੋੜਾਂ ਪੂਰੀਆਂ ਕਰਦੇ ਨੇ ਤੇ ਵਾਪਸ ਪਰਤ ਜਾਂਦੇ ਨੇ ਇਸੇ ਕਰਕੇ ਪ੍ਰਵਾਸੀ ਕਿਹਾ ਜਾਂਦਾ ਉਹ ਉੱਥੇ ਪੱਕੇ ਤੌਰ ਤੇ ਨਹੀਂ ਵੱਸ ਜਾਂਦੇ। ਸੋ ਜਿਹੜਾ ਇਹ ਵਿਦੇਸ਼ਾਂ ਦਾ ਚਲਣ ਚੱਲਿਆ ਸੀਗਾ ਜਦੋਂ ਪੰਜਾਬ ਦੇ ਵਿੱਚ ਪੰਜਾਬ ਤੇ ਗੁਜਰਾਤ ਦੋ ਕੁ ਸਟੇਟਾਂ ਦੇ ਵਿੱਚ ਜ਼ਿਆਦਾ ਰੁਝਾਨ ਆ ਇਹ ਕੈਨੇਡਾ ਵਗੈਰਾ ਜਾਣ ਦਾ ਉਹ ਵੀ ਬਾਅਦ ਚ ਵਗਿਆ ਪਹਿਲਾਂ ਪੰਜਾਬ ਦੇ ਵਿੱਚ ਸੀ ਜਦੋਂ ਵੱਡੇ ਪਰਿਵਾਰ ਹੁੰਦੇ ਸੀ ਪੰਜਾਬ ਦੇ ਵਿੱਚ ਤੇ ਇੱਕ ਕਿਸਾਨ ਦੇ 4-5 ਬੱਚੇ ਹੋਣੇ ਉਹਨੇ ਸੋਚਣਾ ਵੀ ਚਲੋ ਜ਼ਮੀਨ ਵੰਡੀ ਜਾਊਗਾ ਪਰਿਵਾਰ ਦਾ ਬਟਵਾਰਾ ਹੋਊਗਾ ਪਿੱਛੇ ਕੁਛ ਨੀ ਬਣਨਾ ਉਹ ਇੱਕ ਅੱਧੇ ਬੱਚੇ ਨੂੰ ਔਖੇ ਸੌਖੇ ਵਿਦੇਸ਼ਾਂ ਦੇ ਵਿੱਚ ਭੇਜ ਦਿੰਦੇ ਸੀ। ਉਹ ਵਿਚਾਰਾ ਉੱਥੇ ਹੱਡ ਤੋੜ ਕੇ ਮਿਹਨਤ ਕਰਦਾ ਸੀ ਉੱਥੇ ਪੈਸੇ ਕਮਾ ਕਮਾ ਕੇ ਇੱਥੇ ਭੇਜਦਾ ਸੀ ਉਸ ਪੈਸੇ ਨਾਲ ਉਹਦੇ ਜ਼ਮੀਨਾਂ ਡਬਲ ਕਰ ਲੈਂਦੇ ਸੀ ਵੱਡੇ ਵੱਡੇ ਕੋਠੀਆਂ ਪਾ ਲੈਂਦੇ ਸੀ ਖੁਸ਼ਹਾਲੀ ਉਸ ਪੈਸੇ ਨਾਲ ਇੱਥੇ ਸੀ ਉਹ ਤਾਂ ਵਿਚਾਰਾ ਉੱਥੋਂ ਢਿੱਡ ਚੀਰ ਕੇ ਹੀ ਪੈਸੇ ਕਮਾ ਕੇ ਭੇਜਦਾ ਹੁੰਦਾ ਸੀਗਾ ਲੇਕਿਨ ਹੌਲੀ ਹੌਲੀ ਉਸ ਖੁਸ਼ਹਾਲੀ ਨੂੰ ਲੋਕਾਂ ਨੇ ਇਹ ਮੰਨ ਲਿਆ ਵੀ ਉੱਥੇ ਲੋਕ ਨੇ ਜਿਹੜੇ ਬੜੇ ਡਾਲਰ ਗਿਰਦੇ ਨੇ ਤੇ ਉੱਥੇ ਬੜੀਆਂ ਮੌਜਾਂ ਨੇ ਜਦਕਿ ਉਹ ਬੜਾ ਹਾਰਡ ਵਰਕਿੰਗ ਆ। ਹੁਣ ਜਿਹੜਾ ਸਵਾਲ ਤੁਸੀਂ ਪੁੱਛਿਆ ਵੀ ਵਿਦੇਸ਼ ਜਾਣਾ ਚੰਗਾ ਜਾਂ ਇੱਥੇ ਰਹਿਣਾ ਚੰਗਾ ਇਸ ਸਵਾਲ ਦਾ ਮੇਰੇ ਕੋਲ ਜਵਾਬ ਇੱਕੋ ਹੀ ਹੈ ਜਿਹੜੇ ਲੋਕ ਮੈਂ ਸਮਝਦਾ ਮੇਰੇ ਨਿੱਜੀ ਵਿਚਾਰ ਨੇ ਇਹ ਜਿਹੜੇ ਲੋਕ ਇੱਥੇ ਬਹੁਤ ਹਾਰਡ ਵਰਕ ਕਰਦੇ ਨੇ ਮਜ਼ਦੂਰੀ ਕਰ ਰਹੇ ਨੇ ਜਿਹਨਾਂ ਕੋਲ ਬਹੁਤ ਛੋਟੀਆਂ ਜ਼ਮੀਨਾਂ ਨੇ ਜਿਹਨਾਂ ਦਾ ਇੱਥੇ ਵੀ ਦਿਨ ਰਾਤ ਬਹੁਤ ਹਾਰਡ ਵਰਕ ਕਰਕੇ ਵੀ ਗੁਜ਼ਾਰਾ ਨਹੀਂ ਹੁੰਦਾ ਉਹਨਾਂ ਲਈ ਤਾਂ ਇਹ ਜਿਹੜੇ ਵਿਦੇਸ਼ ਨੇ ਸਵਰਗ ਨੇ ਕਿਉਂਕਿ ਇਹ ਉਹਨਾਂ ਦੇ ਸਾਰੇ ਸੁਪਨੇ ਸਾਲਾਂ 2 ਸਾਲਾਂ ਚ ਪੂਰੇ ਕਰ ਦਿੰਦੇ ਨੇ। ਪਰੰਤੂ ਜਿਹੜੇ ਪਰਿਵਾਰ ਇੱਥੇ ਪਹਿਲਾਂ ਹੀ ਖੁਸ਼ਹਾਲ ਨੇ ਪੇਟ ਭਰ ਕੇ ਰੋਟੀ ਖਾਂਦੇ ਨੇ ਉਹਨਾਂ ਕੋਲ ਆਪਣਾ ਮਕਾਨ ਹੈ ਆਪਣੀ ਗੱਡੀ ਹੈ ਉਹ ਉੱਥੇ ਜਾ ਕੇ 20-20 ਸਾਲਾਂ ਦੇ ਵਿੱਚ ਉਹੀ ਸਹੂਲਤਾਂ ਹੀ ਪ੍ਰਾਪਤ ਕਰ ਸਕਣਗੇ ਜਿਹੜੀਆਂ ਉੱਥੇ ਇਹਨਾਂ ਕੋਲ ਮੌਜੂਦ ਨੇ। ਸੋ ਇਸ ਲਈ ਇਹ ਬੜਾ ਦੁਬਧਾ ਦਾ ਟੌਪਿਕ ਹੈ ਤੇ ਅੱਜ ਤੋਂ 15 ਸਾਲ ਪਹਿਲਾਂ 10-12 ਸਾਲ ਪਹਿਲਾਂ ਸਾਡੇ ਸਕੂਲਾਂ ਦੇ ਵਿੱਚ ਇੱਕ ਗੱਲ ਮਸ਼ਹੂਰ ਸੀ ਪ੍ਰਚਲਿਤ ਸੀ ਵੀ ਜਿਹੜਾ ਬੱਚਾ ਸਕੂਲਾਂ ਦੇ ਵਿੱਚ ਵਧੀਆ ਕਾਰਗੁਜ਼ਾਰੀ ਨਹੀਂ ਦਿਖਾਉਂਦਾ ਸੀ ਯਾਨੀ ਕਿ ਪੰਜਾਬੀ ਚ ਕਹਿ ਲਈਏ ਆਪਾਂ ਸਕੂਲ ਵਾਲੇ ਅੱਕੇ ਹੁੰਦੇ ਸੀ ਜਿਹੜੇ ਬੱਚੇ ਤੋਂ ਮਾਪੇ ਦੇ ਅੱਕੇ ਹੁੰਦੇ ਸੀਗੇ ਨਾ ਉਹ ਪੜ੍ਹਦਾ ਸੀ ਸ਼ਰਾਰਤਾਂ ਕਰਦਾ ਸੀ ਉਹ ਕਰਦਾ ਸੀ ਉਹ ਇਹੋ ਜਿਹੇ ਬੱਚੇ ਸੀ ਜਿਹੜੇ ਉਸ ਟਾਈਮ ਕੈਨੇਡਾ ਆਸਟ੍ਰੇਲੀਆ ਇਹੋ ਜਿਹੇ
ਵਿਦੇਸ਼ਾਂ ਨਾਲ ਰੁਕ ਕਰ ਗਏ ਕਿਉਂਕਿ ਉਹਨਾਂ 'ਚ ਐਨਰਜੀ ਤਾਂ ਹੈਗੀ ਸੀ, ਐਨਰਜੀ ਬਹੁਤ ਸੀਗੀ, ਉੱਥੇ ਜਾ ਕੇ ਫਿਜ਼ੀਕਲ ਕੰਮ 'ਚ ਕਰਕੇ ਕਾਮਯਾਬ ਹੋ ਜਾਂਦੇ ਸੀ, ਪਰੰਤੂ ਜਿਹੜੇ ਪੜ੍ਹਨ ਵਾਲੇ ਬੱਚੇ ਸੀ ਉਹ ਨਹੀਂ ਜਾਂਦੇ ਸੀਗੇ। ਲੇਕਿਨ ਅੱਜ ਹਾਲਾਤ ਵੀ ਹੋ ਗਏ, ਅੱਜ ਅਸੀਂ ਅਗਰ ਆਪਣੇ ਸਕੂਲਾਂ ਦੇ ਵਿੱਚ ਹੱਥ ਖੜਾ ਕਰਕੇ ਪੁੱਛਦੇ ਹਾਂ ਵੀ ਤੁਸੀਂ ਜਿਹੜਾ ਹੈਗਾ ਤੁਹਾਡੇ 'ਚ ਕੌਣ ਕੌਣ ਵਿਦੇਸ਼ ਜਾਊਗਾ, ਤਾਂ 99% ਵਾਲੇ 98% ਵਾਲੇ ਟੋਪਰ ਜਾ ਰਹੇ ਨੇ। ਉਹ ਉਲਟ ਹੋ ਗਿਆ, ਜਿਹੜੇ ਉਸ ਕੈਟਾਗਰੀ ਦੇ ਬੱਚੇ ਸੀ ਉਹ ਆਇਲਟਸ ਕਲੀਅਰ ਨਹੀਂ ਕਰ ਪਾਉਂਦੇ, ਉਹ ਇੱਥੇ ਰਹਿ ਰਹੇ ਨੇ, ਉੱਥਾ ਚਲਣ ਹੋ ਗਿਆ। ਇਸ ਲਈ ਉਹ ਵਿਦਿਆਰਥੀ ਜਿਨ੍ਹਾਂ ਨੇ ਇੱਥੇ IAS ਅਫਸਰ ਬਣਨਾ ਸੀ ਜਿਨ੍ਹਾਂ ਬਿਲਕੁਲ ਜਾਣਾ ਚਾਹੀਦਾ, ਜਿਹਨੂੰ ਜਰੂਰ ਜਾਓ, ਆਪਦੇ ਪਰਿਵਾਰ ਦੇ ਲੋੜਾਂ ਮੁਤਾਬਕ ਹੈਸੀਅਤ ਮੁਤਾਬਕ ਜਾਓ, ਪਰ ਇਹ ਸੋਚ ਕੇ ਨਾ ਜਾਓ ਵੀ ਇੱਥੇ ਕੁਛ ਨਹੀਂ ਹੈ। ਅਗਰ ਬਹੁਤ ਸਾਰੇ ਲੋਕ ਅੱਜ ਇਸ ਲਈ ਭੇਜ ਰਹੇ ਨੇ ਜੀ ਇੱਥੇ ਕ੍ਰਾਈਮ ਬਹੁਤ ਆ, ਲੇਕਿਨ ਜਦੋਂ ਕੰਪੈਰੀਟਿਵਲ ਕਰੋਗੇ ਇੱਥੇ ਕੁਛ ਵੀ ਨਹੀਂ ਕਰਾਉਣੀ ਹੈਗਾ ਜਿਹੜਾ ਹੋਰ ਦੇਸ਼ਾਂ ਦੇ ਵਿੱਚ ਹੈ। ਫਿਰ ਇੱਥੇ ਬੜਾ ਉੱਥੇ ਜਿਹੜੀ ਇੱਥੇ ਦੇਖੋ ਤੁਸੀਂ ਪਰਿਵਾਰਾਂ ਨਾਲ ਰਹਿੰਦੇ ਹੋ, ਇੱਥੇ ਤੁਹਾਡਾ ਕਲਚਰ ਹੈ, ਵਿਆਹ ਸ਼ਾਦੀਆਂ 'ਚ ਜਾਂਦੇ ਹੋ, ਜਿਹੜੀ ਜ਼ਿੰਦਗੀ ਆ ਸੋ ਜ਼ਿੰਦਗੀ ਤਾਂ ਇੱਥੇ ਹੀ ਹੈ। ਲੇਕਿਨ ਲੋੜਾਂ ਪ੍ਰਵਾਸੀ ਪੰਛੀਆਂ ਵਾਂਗੂ ਸਾਨੂੰ ਵੀ ਲੋੜ ਆ ਜਾਣ ਦੀ, ਅਗਰ ਜਾਂਦੇ ਹੋ ਤਾਂ ਘੱਟੋ ਘੱਟ ਕੋਈ ਸਕਿੱਲਸ ਨੇ ਜਿਹੜੇ ਸਿੱਖ ਕੇ ਜਾਓ ਤਾਂ ਕਿ ਉੱਥੇ ਤੁਹਾਡੀ ਸਹੀ ਵੈਲਿਊ ਪੈ ਸਕੇ। ਤੇ ਘੱਟੋ ਘੱਟ ਜਿਹੜੇ ਬੱਚੇ ਪਲੱਸ ਟੂ ਤੋਂ ਬਾਅਦ ਜਾਂਦੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ, ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਾਓ, ਮੈਚਿਓਰ ਹੋ ਕੇ ਜਾਓ, ਤਾਂ ਉਹ ਥੋੜਾ ਜਿਹਾ ਅੱਛਾ ਰਹੂਗਾ। ਦੂਸਰੀ ਗੱਲ, ਜਿਹੜੇ ਬੱਚੇ ਇੱਥੇ ਰਹਿਣਾ ਚਾਹੁੰਦੇ ਨੇ, ਮੈਂ ਕਹਿਣਾ ਚਾਹੁੰਦਾ ਵੀ ਆਪਣੇ ਪੂਰੇ ਵਿਸ਼ਵ ਦੇ ਵਿੱਚ ਆਬਾਦੀ ਦੇ ਵਿੱਚ ਇੰਡੀਆ ਜਿਹੜਾ ਹੈਗਾ ਮੋਹਰੀ ਹੈ, ਪਹਿਲੇ ਦੂਜੇ ਨੰਬਰ ਤੇ ਆ। ਇਸ ਲਈ ਇਹ ਨਿਸ਼ਚਿਤ ਹੈ ਜਿੱਥੇ ਆਬਾਦੀ ਜ਼ਿਆਦਾ ਹੁੰਦੀ ਉੱਥੇ ਬਿਜ਼ਨਸ ਜ਼ਿਆਦਾ ਹੁੰਦੇ ਨੇ। ਇਸ ਲਈ ਭਾਰਤ ਵਿੱਚ ਰਹਿੰਦੇ ਹੋਏ, ਤੁਸੀਂ ਇੰਡੀਆ ਵਿੱਚ ਰਹਿੰਦੇ ਹੋਏ, ਪੰਜਾਬ ਵਿੱਚ ਰਹਿੰਦੇ ਹੋਏ, ਇਹ ਨਾ ਸੋਚੋ ਵੀ ਤੁਸੀਂ ਇਕੱਲਾ ਨੌਕਰੀਆਂ ਲਈ ਪੜ੍ਹਨਾ, ਤੁਸੀਂ ਐਂਟਰਪ੍ਰੀਨਿਓਰ ਬਣੋ, ਤੁਸੀਂ ਆਪ ਆਪਣੇ ਕੰਮ ਸ਼ੁਰੂ ਕਰੋ। ਤੇ ਜਿਹੜਾ ਵਿਅਕਤੀ ਇੱਥੇ 30-40 ਹਜ਼ਾਰ ਰੁਪਏ ਮਹੀਨਾ ਕਮਾਉਂਦਾ, ਉੱਥੇ ਦੇ ਡਾਲਰ ਨਾਲ ਕਿਤੇ ਵੱਧ ਖੁਸ਼ਹਾਲ ਜ਼ਿੰਦਗੀ ਜਿਉਂ ਸਕਦਾ। ਇਸ ਲਈ ਦੋਨੇ ਰਾਸਤੇ ਆਪਣੇ ਲਈ ਖੁੱਲੇ ਨੇ, ਲੇਕਿਨ ਜਿਹੜੇ ਵੀ ਇਰਾਦੇ ਨਾਲ ਜਾਣਾ ਉਹ ਪੱਕੇ ਤੌਰ ਤੇ ਜਾਣਾ, ਔਰ ਮਜ਼ਬੂਤ ਹੋ ਕੇ ਜਾਣਾ, ਔਰ ਜਿਹੜੀ ਸਕਿੱਲ ਸਿੱਖ ਕੇ ਜਾਣਾ, ਇਹ ਮੇਰਾ ਸਾਰਿਆਂ ਨੂੰ ਸੁਨੇਹਾ ਹੈ। ਡਾਕਟਰ ਜਗਜੀਤ ਜੀ, ਤੁਸੀਂ ਰਿਪ੍ਰੈਜ਼ੈਂਟ ਕਰਦੇ ਹੋ ਪੰਜਾਬ ਦੇ ਸਕੂਲ ਕਾਲਜਸ ਨੂੰ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਬਦਲਾਵ ਕਾਲਜਸ ਜਾਂ ਸਕੂਲਾਂ ਦੇ ਵਿੱਚ ਵੀ ਹੋਣੇ ਜ਼ਰੂਰੀ ਨੇ ਕਿ ਬੱਚੇ ਨੂੰ ਉੱਥੇ ਹੀ ਤੁਹਾਨੂੰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਦੀ ਸਕਿੱਲਸ ਜੋਬ ਨੇ ਜਿਹੜੀਆਂ ਕਿ ਅਵੇਲੇਬਲ ਨੇ, ਜਾਂ ਤੁਹਾਨੂੰ ਕਿਸ ਤਰ੍ਹਾਂ ਦਾ ਆਪਣਾ ਭਵਿੱਖ ਜਿਹੜਾ ਬਣਾਉਣ ਦੀ ਲੋੜ ਹੈ? ਸੋ ਕੀ ਲੱਗਦਾ ਹੈ ਤੁਹਾਨੂੰ ਜਾਂਦੇ ਜਾਂਦੇ, ਕੀ ਕਹੋਗੇ? ਮੈਨੂੰ ਲੱਗਦਾ ਜੀ ਜਿਹੜੀ ਐਜੂਕੇਸ਼ਨ ਸਿਸਟਮ ਹੈਗਾ ਪੂਰਨ ਤੌਰ ਤੇ ਤਬਦੀਲ ਕਰਨ ਦੀ ਲੋੜ ਹੈ। ਸੋ ਜਿਹੜਾ ਸਾਡੇ ਦੀਵਾਨੀ ਦੇ ਵਿੱਚ ਲਿਖਿਆ ਵਿਦਿਆ ਵਿਚਾਰੀ ਤਾਂ ਪਰਪੱਕੀ, ਅਸੀਂ ਵਿਦਿਆ ਜਿਹੜੀ ਹੈਗੀ ਆ, ਅਗਰ ਇਸ ਨੂੰ ਵਿਚਾਰ ਕਰਾਂਗੇ, ਇਹਨੂੰ ਅਡੋਪਟ ਕਰਾਂਗੇ, ਇਹ ਅਪਣਾਉਣ ਦੀ ਚੀਜ਼ ਹੈ, ਸਰਟੀਫਿਕੇਟ ਇਕੱਠੇ ਕਰਨ ਦੀ ਚੀਜ਼ ਨਹੀਂ ਹੈ। ਅਗਰ ਤੁਸੀਂ ਕਾਗਜ਼ ਇਕੱਠੇ ਕਰੀਏ ਨਾ, ਤੁਹਾਨੂੰ ਆਉਂਦਾ ਕੁਛ ਨਹੀਂ ਹੈ, ਤਾਂ ਇਹੋ ਜਿਹੀ ਐਜੂਕੇਸ਼ਨ ਕੋਈ ਫਾਇਦਾ ਨਹੀਂ ਹੈ। ਸੋ ਇਸ ਲਈ ਜਿਹੜੀ ਇਹ ਸਕਿੱਲ ਬੇਸਡ ਐਜੂਕੇਸ਼ਨ ਹੋਣੀ ਚਾਹੀਦੀ ਹੈ, ਇਹ ਬਿਲਕੁਲ ਰਸਮੀ ਨਹੀਂ ਹੋਣੀ ਚਾਹੀਦੀ, ਕਾਗਜ਼ ਵੀ ਇਕੱਠੇ ਕਰਨ ਵਾਲੀ ਐਜੂਕੇਸ਼ਨ ਨਹੀਂ ਹੋਣੀ ਚਾਹੀਦੀ। ਵੈਸੇ ਸਾਡੇ ਇੰਡੀਆ ਦੇ ਵਿੱਚ ਹੁਣ ਨਿਊ ਐਜੂਕੇਸ਼ਨ ਪਾਲਿਸੀ ਲਾਂਚ ਹੋ ਚੁੱਕੀ ਹੈ, ਵਿਦੇਸ਼ਾਂ ਦੀ ਤਰਜ ਦੇ ਉੱਤੇ ਹੈ। ਉਮੀਦ ਹੈ ਵੀ ਜੇ ਸੰਸਥਾਵਾਂ ਨੇ ਵੀ ਇਸ ਨੂੰ ਪੂਰਨ ਤੌਰ ਦੇ ਉੱਤੇ ਲਾਗੂ ਕਰਨੀ ਹੈ, ਤਾਂ ਭਵਿੱਖ ਦੇ ਵਿੱਚ ਜਿਹੜੀ ਇਹ ਅੰਤਰਰਾਸ਼ਟਰੀ ਐਜੂਕੇਸ਼ਨ ਦਾ ਸਿਸਟਮ ਹੈ ਜਿਹੜਾ, ਉਹ ਭਾਰਤ ਦੇ ਵਿੱਚ ਵੀ ਜਿਹੜਾ ਹੈਗਾ ਲਾਗੂ ਹੋਊਗਾ। ਸੋ ਇਸ ਲਈ ਮੇਰੇ ਸਮਝ ਦੇ ਵਿੱਚ ਸਾਰਿਆਂ ਦਾ ਭਵਿੱਖ ਭਾਰਤ ਦੇ ਵਿੱਚ ਵੀ ਹਰ ਥਾਂ ਦੇ ਉੱਤੇ ਵੀ ਜਿਹੜਾ ਹੈਗਾ ਹੁਣ ਉਹ ਇੱਕ ਹੋ ਚੁੱਕਿਆ, ਬੰਡੀਆਂ ਨੀ ਪਾਉਂਦੀਆਂ ਦੇਸ਼ ਵਿਦੇਸ਼ ਬਿਲਕੁਲ। ਔਰ ਜੋ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਹੋਣ ਦੀ ਲੋੜ ਆ, ਉਹਦੇ ਉੱਤੇ ਜ਼ਰੂਰ ਗੌਰ ਜਿਹੜਾ ਉਹ ਕੀਤਾ ਜਾਵੇ। ਸੋ ਇਹੀ ਅਸੀਂ ਵੀ ਬਿਲਕੁਲ ਚਾਹਵਾਂਗੇ ਕਿ ਪੰਜਾਬ ਦੇ ਬੱਚਿਆਂ ਦਾ ਜਿਹੜੇ ਨੌਜਵਾਨ ਨੇ ਉਹਨਾਂ ਦਾ ਭਵਿੱਖ ਵੀ ਬਹੁਤ ਸੋਹਣਾ ਅਤੇ ਬਿਹਤਰ ਹੋਵੇ। ਸੋ ਬਹੁਤ ਸ਼ੁਕਰੀਆ ਡਾਕਟਰ ਜਗਜੀਤ ਜੀ, ਥੈਂਕ ਯੂ ਸੋ ਮਚ ਤੁਸੀਂ ਸਾਂਝ ਪਾਈ ਸਾਡੇ ਨਾਲ।